ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੌਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੋਂ ਥੋੜੀ ਦੇਰ ਬਾਅਦ ਆਕਾਸ਼ ਬਾਣੀ ਤੇ ਮਨ ਦੀ ਬਾਤ ਪ੍ਰੋਗਰਾਮ ਵਿੱਚ ਦੇਸ਼ ਦੇਸ਼ ਤੇ ਲੋਕਾਂ ਨਾਲ ਆਪਣੇ ਵਿਚਾਰ ਕਰਨਗੇ ਸਾਂਝੇ ਸੰਵਿਧਾਨ ਦਿਵਸ ਮੌਕੇ ਅੱਜ ਦੇਸ਼ ਵਿੱਚ ਕਰਵਾਈ ਜਾ ਰਹੇ ਨੇ ਕਈ ਸਮਾਗਮ ਉੱਤਰ ਕਾਸ਼ੀ ਜ਼ਿਲ੍ਹੇ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਸ਼ਰਮ ਵੀਰਾਂ ਨੂੰ ਕੱਢਣ ਲਈ ਮੁਹਿੰਮ ਜਾਰੀ ਬੀਐਸਐਫ ਨੇ ਅੰਮ੍ਰਿਤਸਰ ਦੇ ਪਿੰਡ ਚੱਕ ਅੱਲਾਬਖਸ਼ ਤੋਂ ਹੈਰੋਇਨ ਦੇ ਪੈਕੇਟ ਅਤੇ ਹਥਿਆਰ ਬਰਾਮਦ ਕੀਤੇ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਖੇਡੀ ਜਾ ਰਹੀ ਮੌਜੂਦਾ ਟੀ20 ਕੁਮਾਂਤਰੀ ਕ੍ਰਿਕਟ ਲੜੀ ਦਾ ਦੂਜਾ ਮੈਚ ਅੱਜ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੋਂ ਥੋੜੀ ਦੇਰ ਬਾਅਦ ਆਕਾਸ਼ਵਾਣੀ ਤੇ ਮਨ ਦੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਮਹੀਨਾਵਾਰ ਰੇਡੀਓ ਪ੍ਰੋਗਰਾਮ ਦੀ 107ਵੀਂ ਕੜੀ ਹੋਵੇਗੀ ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ ਤੇ ਪ੍ਰਸਾਰਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਆਕਾਸ਼ਵਾਣੀ ਸਮਾਚਾਰ ਵੈਬਸਾਈਟ ਨਿਊਜ਼ ਔਨ AAI R ਮੋਬਾਈਲ ਐਪ ਅਤੇ ਨਰਿੰਦਰ ਮੋਦੀ ਮੋਬਾਈਲ ਐਪ ਤੇ ਵੀ ਉਪਲਬਧ ਹੋਵੇਗਾ ਮਨ ਦੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਸਮਾਚਾਰ ਦੂਰਦਰਸ਼ਨ ਸਮਾਚਾਰ ਪ੍ਰਧਾਨ ਮੰਤਰੀ ਦਫਤਰ ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਪ੍ਰੋਗਰਾਮ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕੀਤਾ ਜਾਵੇਗਾ ਅੱਜ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ ਸੰਵਿਧਾਨ ਸਭਾ ਨੇ ਰਸਮੀ ਤੌਰ ਤੇ 1949 ਵਿੱਚ ਅੱਜ ਦੇ ਹੀ ਦਿਨ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ ਇਸ ਦੀ ਯਾਦ ਵਿੱਚ ਹਰ ਸਾਲ ਇਸ ਦਿਨ ਨੂੰ ਸੰਵਿਧਾਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਸੁਪਰੀਮ ਕੋਰਟ ਵਿੱਚ ਅੱਜ ਦੇ ਦਿਨ ਨੂੰ ਯਾਦਗਾਰ ਬਣਾਉਣ ਲਈ ਡਾਕਟਰ ਭੀਮrao ਅੰਬੇਦਕਰ ਦੇ ਲਗਾਏ ਜਾ ਰਹੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨਗੇ ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਨਵੀਂ ਦਿੱਲੀ ਦੇ ਵਿਗਿਆਨ ਭਵਨ ਚ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਪੰਜ ਤਕਨੀਕੀ ਸੈਸ਼ਨਾਂ ਵਾਲਾ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਉਪ ਰਾਸ਼ਟਰਪਤੀ ਜਗਦੀਪ ਪਤੰਖੜ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸਿਲਕਿਆਰਾ ਸੁਰੰਗ ਵਿੱਚ ਫਸੇ 41 ਸ਼ਰਮਵੀਰਾਂ ਨੂੰ ਕੱਢਣ ਲਈ ਮੁਹਿੰਮ ਜਾਰੀ ਹੈ ਕੌਮੀ ਕੁਦਰਤੀ ਕਰੋਪੀ ਪ੍ਰਬੰਧਨ ਅਥਾਰਟੀ ਮੁਤਾਬਕ ਸੁਰੰਗ ਦੇ ਅੰਦਰ ਮੌਜੂਦ ਸਾਰੇ ਸ਼ਰਮਵੀਰ ਸੁਰੱਖਿਆਤ ਨੇ ਅਥਾਰਟੀ ਮੈਂਬਰ ਸੈਦ ਅਤਾ ਹਸਨੈਨ ਨੇ ਦੱਸਿਆ ਕਿ ਸੁਰੰਗ ਦੇ ਅੰਦਰ ਬਣੇ 47 ਮੀਟਰ ਲੰਬੇ ਰਸਤੇ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਸਨੈਨ ਨੇ ਦੱਸਿਆ ਕਿ ਤਕਨੀਕੀ ਕਾਰਨਾ ਕਰਕੇ ਆਗਰ ਡ੍ਰਿਲਿੰਗ ਰੋਕ ਦਿੱਤੀ ਗਈ ਹੈ कोई ज्यादा प्रोग्रेस नहीं हुई है हॉल्ट हो गया है और अब कटर्स का, का काम वहां पर ज्यादा है कटिंग का काम है जिससे कि जो अंदर फंसा हुआ माल है इसका उसको निकाला जाए ऑप्शन ये रहता है कि जब ये निकल जाएगा बाहर जो उसका टूटा हिस्सा जो है वो निकल जाएगा बाहर जो भी जरिया इस्तेमाल करते हैं तो इसको फिर मैनुअली मैनुअली अंदर से इसका खुदाई करके ਔਰ ਆਗਰ ਕੀ ਮਸ਼ੀਨਰੀ ਕਾ ਇਸਤੇਮਾਲ ਤਬੀਬੀ ਕੀਤਾ ਜਾਏਗਾ ਸਿਰਫ ਪਾਈਪ ਕੋ ਧੱਕਾ ਦੇਣੇ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ tạmਮੀ ਨੇ ਸ਼ਰਮਵੀਰਾਂ ਨੂੰ ਬਚਾਉਣ ਲਈ ਚਲਾਈ ਜਾ ਰਹੀ ਬਚਾਅ ਮੁਹਿੰਮ ਦਾ ਨਰੀਖਣ ਕੀਤਾ ਉਹਨਾਂ ਸ਼ਰਮਵੀਰਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੱਤੀ tạmਮੀ ਨੇ ਕਿਹਾ ਕਿ ਸਾਰੀਆਂ ਏਜੰਸੀਆਂ ਤਾਲਮੇਲ ਨਾਲ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਹੋਈ VOTING ਲਈ ਚੋਣ ਵਿਭਾਗ ਵੱਲੋਂ ਦੇਰ ਰਾਤ VOTING ਬਾਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜਿਸ ਅਨੁਸਾਰ 74.96% VOTING ਦਰਜ ਕੀਤੀ ਗਈਏ VOTING ਦੇ ਅੰਤਿਮ ਅੰਕੜੇ ਅੱਜ ਜਾਰੀ ਕੀਤੇ ਜਾਣਗੇ जैसलमेर ਦੇ ਪੋਖਰਨ ਵਿੱਚ ਸਭ ਤੋਂ ਵੱਧ 87.79% ਦੀ ਅਤੇ ਅਲਵਰ ਦੇ ਤਜਾਰਾ ਵਿੱਚ 85.15% ਦੀ VOTING ਦਰਜ ਕੀਤੀ ਗਈਏ 25 ਅਤੇ 26 ਨਵੰਬਰ ਦੀ ਅੱਧੀ ਰਾਤ ਨੂੰ ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਕ ਅੱਲਾ ਬਖਸ਼ ਨੇੜੇ ਇੱਕ ਡਰੋਨ ਦੀਆਂ ਸ਼ੱਕੀ ਸਰਗਰਮੀਆਂ ਦੇਖੀਆਂ ਅਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣੀ ਫੌਰੀ ਹਰਕਤ ਕਰਦਿਆਂ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਜਵਾਬ ਦਿੱਤਾ ਮਗਰੋਂ ਬੀਐਸਐਫ ਜਵਾਨਾਂ ਵੱਲੋਂ ਇਲਾਕੇ ਵਿੱਚ ਸ਼ੱਕੀ ਥਾਂ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਇੱਕ ਵੱਡਾ ਪੈਕੇਟ ਬਰਾਮਦ ਕੀਤਾ ਜਿਸ ਵਿੱਚ 5 ਛੋਟੇ ਪੈਕੇਟ ਹੈਰੋਇਨ ਦੇ ਦੱਸੇ ਜਾਂਦੇ ਨੇ ਇਸ ਪੈਕੇਟ 'ਚ ਇਟਲੀ ਦੀ ਬਣੀ ਹੋਈ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ 20 ਰੌਂਦ ਵੀ ਬਰਾਮਦ ਕੀਤੇ ਗਏ ਨੇ। ਇਲਾਕੇ ਦੀ ਪੁਨਛਾਣ ਕੀਤੀ ਜਾ ਰਹੀ ਏ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਮੋਹਾਲੀ ਦੇ ਪਿੰਡ ਮਾਨਕਪੁਰ ਕਲਰ ਤੇ ਮਟਰਾ ਵਿਖੇ ਪਹੁੰਚਣ ਤੇ ਵੱਖ-ਵੱਖ ਵਿਭਾਗਾਂ ਵੱਲੋਂ ਕੈਂਪ ਲਗਾਏ ਗਏ ਭਾਰਤ ਸਰਕਾਰ ਵੱਲੋਂ ਭੇਜੀ ਵਿਸ਼ੇਸ਼ ਜਾਗਰੂਕਤਾ ਵੈਨ ਵੱਲੋਂ ਸਰਕਾਰ ਦੀਆਂ 17 ਮਹੱਤਵਪੂਰਨ ਯੋਜਨਾਵਾਂ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਕੇਂਦਰ ਸਰਕਾਰ ਦੇ ਖਾਦਾਂ ਬਾਰੇ ਸਕੱਤਰ ਰਜਤ ਕੁਮਾਰ ਮਿਸ਼ਰਾ ਉਚੇਚਿਤ ਤੌਰ ਤੇ ਪੁੱਜੇ ਉਹਨਾਂ ਨੇ ਐਨਐਫਐਲ ਵੱਲੋਂ ਡਰੋਨ ਰਾਹੀਂ ਖੇਤਾਂ ਵਿੱਚ ਫਸਲਾਂ ਤੇ ਕੀਤੇ ਜਾ ਰਹੇ ਨੈਨੋ ਖਾਦ ਸਪਰੇਅ ਦੀ کارਗੁਜ਼ਾਰੀ ਨੂੰ ਵੀ ਦੇਖਿਆ ਅਤੇ ਯੋਜਨਾਵਾਂ ਸੰਬੰਧੀ ਲੱਗੇ ਸਟਾਲਾਂ ਦਾ ਵੀ ਨਿਰੀਖਣ ਕੀਤਾ ਮਿਸ਼ਰਾ ਨੇ ਸੰਬੋਧਨ ਚ ਕਿਹਾ ਕਿ ਨੈਨੋ ਖਾਦ ਨਾਲ ਕਿਸਾਨ ਲਾਭ ਕਮਾ ਰਹੇ ਨੇ ਕਿਉਂਕਿ ਜੋ ਇਹ ਸਸਤੀਏ ਸਮੇਂ ਦੀ ਬਚਤ ਹੁੰਦੀ ਏ ਉਹ ਨਾਲ ਡਰੋਨ ਇਸਤੇਮਾਲ ਕਰਨ ਲਈ ਲੋੜੀਂਦੀ ਸਾਵਧਾਨੀ ਬਾਰੇ ਵੀ ਅਗਾਹ ਕੀਤਾ भारत संकल्प यात्रा की मुझे प्रोफाइड मिला है और भी लोगों से बात करेंगे मिलेंगे है कि कैसे हमारा जो ऑर्गेनाइजेशन किया गया है कैसे सहयोग कर रहे हैं कैसे गांव वाले इसके फायदा ले रहे हैं ये सभी को प्रत्यक्ष रूप से देखना है मैनो यूरिया को हम प्रमोट कर रहे हैं क्योंकि वो एक अच्छा तरीका है जिसमें हम केमिकल फर्टिलाइजर्स को ਥੋੜਾ ਬੈਲੈਂਸ ਕਰ ਸਕਦੇ ਥੋੜਾ ਜਿਹਾ ਕਮ ਕਰ ਸਕਦੇ ਕੁਝ ਇਹ ਤਾਂ ਮਾਨਕਪੁਰ ਕੱਲਰ ਪਹਾਦਰ ਸਿੰਘ ਮੇਰਾ ਨਾਮ ਪਈ ਖੇਤੀ ਦਾ ਕੰਮ ਕਰਦੇ ਆ ਜੀ ਸਰ ਕੋਈ ਸਰਕਾਰ ਸਾਨੂੰ ਮਤਲਬ ਲੂਜ ਕਰਦੀ ਉਸ ਤਰ੍ਹਾਂ ਅਸੀਂ ਸੋਚ ਵੀ ਰਹੇ ਹਾਂ ਸਾਡਾ ਫਾਇਦਾ ਕਰੇ ਸਰਕਾਰ ਕੰਪਲ ਲੱਗੇਗਾ ਜੀ ਲੋਕਾਂ ਨੂੰ ਰਗਜੂਤ ਹੋ ਰਹੀ ਹੈ ਕੋਈ ਮਤਲਬ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਇਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਸਭ ਨੂੰ ਪਤਾ ਚੱਲ ਜੂਗਾ ਇਸਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੁਕਮ ਦਿੱਤੇ ਨੇ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 15 ਦਸੰਬਰ 2023 ਤੋਂ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣੀ ਯਕੀਨੀ ਬਣਾਈ ਜਾਵੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਸਬੰਧੀ ਸਾਰੀਆਂ ਤਿਆਰੀਆਂ 12 ਦਸੰਬਰ 2023 ਤੱਕ ਮੁਕੰਮਲ ਕਰ ਲਈਆਂ ਜਾਣ ਉਨ੍ਹਾਂ ਕਿਹਾ ਕਿ ਸਕੂਲ ਤੋਂ ਗੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ SMS ਰਾਹੀਂ ਹਾਜ਼ਰੀ ਬਾਰੇ ਜਾਣਕਾਰੀ ਮਿਲ ਸਕੇਗੀ ਸਾਤਵੀਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਛੱਟੀ ਦੀ ਭਾਰਤ ਦੀ ਜੋੜੀ ਚੀਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਸ ਫਾਈਨਲ ਵਿੱਚ ਪਹੁੰਚ ਗਈਏ ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਸੈਮੀਫਾਈਨਲ 'ਚ ਚੀਨ ਦੀ ਹੀ ਜੀ ਟਿੰਗ ਅਤੇ ਰੇਂਜ ਯਾਂਗ ਯੂ ਦੀ ਜੋੜੀ ਨੂੰ 21-15 22-20 ਨਾਲ ਹਰਾਇਆ ਫਾਈਨਲ ਵਿੱਚ ਸਾਤਵੀਕ ਅਤੇ ਚਿਰਾਗ ਦੀ ਜੋੜੀ ਦਾ ਸਾਹਮਣਾ ਚੀਨ ਦੀ ਲਿਆਂਗ ਵੇਈ ਕਾਂਗ ਅਤੇ ਵਾਂਗ ਚਾਂਗ ਦੀ ਜੋੜੀ ਨਾਲ ਹੋਵੇਗਾ ਸੈਮੀਫਾਈਨਲ 'ਚ ਵੇਈ ਕਾਂਗ ਅਤੇ ਵਾਂਗ ਚਾਂਗ ਦੀ ਜੋੜੀ ਨੇ ਆਪਣੇ ਹੀ ਦੇਸ਼ ਦੇ ਚੇਨ ਬੋ ਯਾਂਗ ਅਤੇ ਲਿਊ ਯੀ ਇਹ ਜੋੜੀ ਨੂੰ 21 17 14 21 21 15 ਨਾਲ ਹਰਾਇਆ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਜਾਪਾਨ ਦੇ ਕੋਡਾਈ ਨਾਰਾ ਓਕਾ ਦਾ ਸਾਹਮਣਾ ਆਪਣੇ ਹੀ ਦੇਸ਼ ਦੇ ਕੇਨਤਾ ਨਿਸ਼ੀਮੋਟੋ ਨਾਲ ਹੋਵੇਗਾ ਮਹਿਲਾ ਸਿੰਗਲਸ ਦੇ ਫਾਈਨਲ ਵਿੱਚ ਚੀਨ ਦੀ ਹਾਂ ਯੂ ਦਾ ਸਾਹਮਣਾ ਚੀਨ ਦੀ ਚੇਨ ਯੂ ਫੇ ਨਾਲ ਹੋਵੇਗਾ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਖੇਡੀ ਜਾ ਰਹੀ ਮੌਜੂਦਾ T20 ਕਮਾਂਤਰੀ ਕ੍ਰਿਕਟ ਲੜੀ ਦਾ ਅੱਜ ਦੂਜਾ ਮੈਚ ਤਰਵਨੰਤਪੁਰਮ ਦੇ ਗ੍ਰੀਨਫੀਲਡ ਕਮਾਂਤਰੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਲੜੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਭਾਰਤ ਨੇ ਆਸਟ੍ਰੇਲੀਆ ਨੂੰ 2 ਵਿਕਟਾਂ ਨਾਲ ਹਰਾ ਕੇ ਅਗੇਤ ਹਾਸਲ ਕੀਤੀ ਸੀ। ਭਾਰਤੀ ਟੀਮ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਆ ਅੱਜ ਦੇ ਮੈਚ ਵਿੱਚ ਜਿੱਤ ਦਰਜ ਕਰਨ ਅਤੇ ਲੜੀ ਦੇ ਆਪਣੀ ਪਕੜ ਮਜ਼ਬੂਤ ਬਣਾਉਣ ਦੇ ਮੰਤਰ ਨਾਲ ਮੈਦਾਨ ਵਿੱਚ ਉਤਰੇਗੀ। ਦੂਜੇ ਪਾਸੇ ਮਹਿਮਾਨ ਟੀਮ ਲੜੀ ਦੀ ਵਾਪਸੀ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਵੇਗੀ ਗੋਆ ਵਿੱਚ ਚੱਲ ਰਹੇ 42ਵੇਂ ਕੁਮਾਂਤਰੀ ਭਾਰਤੀ ਫਿਲਮ ਮਹਾਉਤਸਵ ਵਿੱਚ ਸਰਵੋਤਮ ਡੈਬਿਊ ਫੀਚਰ ਫਿਲਮ ਵਰਗ ਵਿੱਚ 7 ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਨਾਮਜ਼ਦ ਕੀਤੀਆਂ ਗਈਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਸ਼੍ਰੇਣੀ ਨਵੇਂ ਫਿਲਮ ਨਰਮਾਤਾਵਾਂ ਅਤੇ ਉਹਨਾਂ ਦੀਆਂ ਫਿਲਮਾਂ ਨੂੰ ਉਤਸ਼ਾਹਿਤ ਕਰਦੀ ਹੈ। ਭਾਰਤ ਅਤੇ ਵਿਦੇਸ਼ ਦੀਆਂ ਫਿਲਮਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦੁਨੀਆ ਭਰ ਦੀਆਂ 15 ਫਿਲਮਾਂ ਇਸ ਮਹਾਉਤਸਵ ਵਿੱਚ ਵਕਾਰੀ ਗੋਲਡਨ ਪੀਕਾਕ ਅਵਾਰਡ ਦੀ ਦੌੜ ਵਿੱਚ ਨੇ ਇਹਨਾਂ ਵਿੱਚ 3 ਭਾਰਤੀ ਅਤੇ 12 ਵਿਦੇਸ਼ੀ ਫਿਲਮਾਂ ਸ਼ਾਮਲ ਨੇ ਭਾਰਤੀ ਫਿਲਮਾਂ ਨੇ ਰਿਸ਼ਵ ਸ਼ੈਟੀ ਵੱਲੋਂ ਨਿਰਦੇਸ਼ਿਤ ਕੰਨੜ ਫਿਲਮ ਕਾਂਤਾਰਾ ਸੁਦਾਂਸ਼ੂ ਸਰੀਆ ਵੱਲੋਂ ਨਿਰਦੇਸ਼ਿਤ ਹਿੰਦੀ ਫਿਲਮ ਸਨਾ ਅਤੇ ਮਰਦਲ ਗੁਪਤਾ ਵੱਲੋਂ ਨਿਰਦੇਸ਼ਿਤ ਕਾਰਵੀ ਪਾਸ਼ਾ ਦੀ ਫਿਲਮ ਮੀਰਦੀਨ ਇਸ ਪੁਰਸਕਾਰ ਤਹਿਤ 40 ਲੱਖ ਰੁਪਏ ਨਗਦ ਦਿੱਤੇ ਜਾਂਦੇ ਨੇ ਜਿਹੜੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ ਬਰਾਬਰ-ਬਰਾਬਰ ਮਿਲਦੇ ਨੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆਰਐਨਯੂ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ